ਆ ਤੁਹਾਡੇ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਡਿਆ ਹੁੰਦਾ ਹੈ ਉਹਨੂੰ, ਉਹਨੂੰ ਵਿਚਾਰੇ ਨੂੰ ਇਹੀ ਨਹੀਂ ਸਮਝ ਆ ਰਹੀ ਮੈਂ ਕਰਾਂ ਕੀ। ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭਰੂਣ ਹੱਤਿਆ ਕਰਤੀ ਕਾਂਗਰਸ ਨੇ, ਉਹ ਹੁਣ ਬਣ ਤਾਂ ਸਕਦਾ ਨਹੀਂ, ਹੁਣ ਸਾਡੇ ਵਰਗੇ ਨੂੰ ਗਾਲਾਂ ਕੱਢ ਸਕਦਾ, ਹੋਰ ਕੀ ਕਰੇ ਵਿਚਾਰਾ ਉਹ ਪਾਰਲੀਮੈਂਟ 'ਚ ਉੱਥੇ ਵਿਧਾਨ ਸਭਾ 'ਚ ਉੱਥੇ ਜਦੋਂ ਬੋਲਦੇ ਨੇ ਬੋਲ ਕੇ ਨਾਰੇ ਮੇਰੇ ਵਿਰੁੱਧ ਲਾ ਕੇ ਬਾਹਰ ਨੂੰ ਤੁਰ ਜਾਂਦੇ ਨੇ, ਮੈਂ ਜਿੰਦਾ ਲੈ ਗਿਆ ਐਤਕੀ, ਫਿਰ ਮੈਂ ਕਹਿੰਦਾ ਜਿੰਦਾ ਲਾਓ ਇਹਨਾਂ ਨੂੰ, ਨਾਲੇ ਸੁਣਨ ਨਾਲੇ ਬੋਲਣ, ਇਹ ਐਂ ਠੀਕ ਆਉਣਗੇ, ਹੋਰ ਕੋਈ ਚਾਰਾ ਨਹੀਂ ਹੈਗਾ। ਗੁਰਦਾਸਪੁਰ ਵਾਲੇ ਇੱਕ ਤੁਹਾਨੂੰ ਗੱਲ ਦੱਸਣ ਲੱਗਿਆ, ਬਹੁਤ ਦੁੱਖ ਹੋਊਗਾ ਤੁਹਾਨੂੰ ਇਹ ਗੱਲ ਸੁਣ ਕੇ, ਕਿਉਂਕਿ ਮੈਨੂੰ ਦੱਸਣ ਵੇਲੇ ਵੀ ਦੁੱਖ ਹੁੰਦਾ। ਜਦੋਂ ਮੈਨੂੰ ਪਤਾ ਲੱਗਿਆ, ਮੈਂ ਟੋਲ ਪਲਾਜ਼ਿਆਂ ਦੀ ਜਦੋਂ ਕਢਾਈ ਲਿਸਟ ਵੀ ਕਿਹੜੇ ਕਿਹੜੇ ਟੋਲ ਪਲਾਜ਼ੇ ਕਿੰਨਾ ਕਿੰਨਾ ਚਿਰ ਓਵਰ ਚੱਲ ਗਏ, ਕੋਈ 3 ਸਾਲ ਤਾਂ ਚੱਲ ਗਿਆ, ਕੋਈ 2 ਸਾਲ ਕਹਾਂ ਚੱਲ ਗਿਆ, ਕਿਸੇ ਨੂੰ 5 ਸਾਲ ਵਧਾ ਤਾ, ਕਿਸੇ ਦੇ ਇੰਨੇ ਦਿਨ 225 ਦਿਨ ਵਧਾ ਤੇ ਹੈ। ਮੈਂ ਕਿਹਾ ਯਾਰ ਕਿਉਂ ਵਧਾਈ ਜਾਂਦੇ ਨੇ ਇਹ, ਇਹਨੂੰ ਬੰਦ ਕਰੋ, ਇਹਨਾਂ ਨੂੰ, ਇਹਨਾਂ ਨੇ ਕਿਹੜਾ ਆਪਦੇ ਜਿਹੜੇ ਐਗਰੀਮੈਂਟ ਨੇ ਉਹ ਪੂਰੇ ਕੀਤੇ ਨੇ। ਸਭ ਤੋਂ ਵੱਧ ਟੋਲ ਪਲਾਜ਼ੇ ਚੰਡੀਗੜ੍ਹ ਤੋਂ ਗੁਰਦਾਸਪੁਰ ਨੂੰ ਆਉਣ ਵੇਲੇ ਸੀਗੇ। ਚੰਡੀਗੜ੍ਹ ਤੋਂ ਹੁਸ਼ਿਆਰਪੁਰ ਨੂੰ ਆਉਂਦੇ ਹਾਂ ਨਾ, ਹਰਗੋਬਿੰਦਪੁਰ ਵਿੱਚ ਦੀ ਇੱਧਰ ਆਉਣਾ ਜਦੋਂ ਆਪਾਂ ਗੁਰਦਾਸਪੁਰ, ਸਭ ਤੋਂ ਵੱਧ ਟੋਲ ਪਲਾਜ਼ੇ ਨੇ ਗੁਰਦਾਸਪੁਰ ਵੱਲ ਨੂੰ। ਕਿਹਨੇ ਬਣਾਏ ਨੇ? ਯੈਸ, ਦੇਖੋ ਦੇਖੋ ਦੇਖੋ, PWD ਮਿਨਿਸਟਰ ਸੀ ਪ੍ਰਤਾਪ ਬਾਜਵਾ ਨੇ ਬਣਾਏ ਨੇ। ਉਹ ਤੁਹਾਡੇ ਆਪਦੇ ਘਰ ਨੂੰ ਆਉਣ 'ਤੇ ਟੈਕਸ ਲਾਈ ਜਾਂਦਾ, ਸਾਰੇ ਦੇ ਸਾਰੇ ਬੰਦ ਕੀਤੇ ਨੇ, ਮੈਂ ਕੀਤੇ ਨੇ ਸਾਰੇ, ਉਹ ਦੇਖ ਕੇ ਆਇਓ। ਇਹਨਾਂ ਤੋਂ ਉਮੀਦ ਕਰੋਗੇ, ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਦਰਿਆ ਦੇ ਪਰਲੇ ਪਾਸੇ ਸੋਨੇ ਦੇ ਬਿਸਕੁਟਾਂ ਦਾ ਕੰਮ ਕਰਨ ਵਾਲੇ, ਇਹਨਾਂ ਤੋਂ ਉਮੀਦ ਕਰੋਗੇ? ਆਪਾਂ ਆਟੇ ਦੇ ਬਿਸਕੁਟ ਵਾਲੇ ਹਾਂ, ਦੀਵਾਲੀ ਵੇਲੇ ਬੇਬੇ ਕਢਾਉਂਦੀ ਹੁੰਦੀ ਆ ਆਟੇ ਦੇ ਬਿਸਕੁਟ, ਉਹੀ ਬਹੁਤ ਵਧੀਆ ਲੱਗਦੇ ਹੁੰਦੇ ਆਪਾਂ ਤਾਂ। ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ? ਕਦੇ ਕਦੇ ਕਿਸੇ ਨੂੰ ਗਾਲਾਂ, ਕਦੇ ਕਿਸੇ ਨੂੰ ਗਾਲਾਂ, ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ, ਫਲਾਨਾ ਫਲਾਨਾ ਫਲਾਨੀ ਪਾਰਟੀ 'ਚ ਕਿਉਂ ਚਲਾ ਗਿਆ? ਮੈਂ ਪਹਿਲਾਂ ਆਪਦੇ ਭਾਈ ਨਾਲ ਗੱਲ ਕਰ ਲਾ, ਉੱਪਰਲੇ ਫਲੋਰ 'ਤੇ ਝੰਡਾ BJP ਦਾ, ਥੱਲੜੇ ਦੇ ਕਾਂਗਰਸ ਦਾ, ਵਿਚਾਲੇ ਪੌੜੀਆਂ ਨੇ ਬਸ, ਜੇ ਕਦੇ ਗਲਤੀ ਨਾਲ ਕੋਈ ਪੌੜੀਆਂ ਉੱਤਰ ਗਿਆ ਜਾਂ ਚੜ੍ਹ ਗਿਆ, ਪਾਰਟੀ ਬਦਲ ਜੂ। ਇਹਨਾਂ ਨਾਲ ਕੰਮ ਕਰਾਂਗੇ ਯਾਰ ਆਪਾਂ, ਠੇਕਾ ਲਿਆ ਇਹਨਾਂ ਦੇ ਮਗਰ ਹੋਣ ਦਾ, ਕਿੰਨੀ ਵਾਰੀ ਜਿਤਾਤੇ, ਜਿਤਾ ਵੀ ਦਿੱਤੇ, ਜਾਂਦਾ ਇਹ ਹੋਵੇ ਨਾ ਕੋਈ ਲਾਂਭਾ ਹੋਵੇ, ਜਿਤਾ ਵੀ ਦਿੱਤੇ, ਰਾਜ ਸਭਾ ਤੱਕ ਪਹੁੰਚਾ ਤੇ, ਲੋਕ ਸਭਾ ਤੱਕ ਪਹੁੰਚਾ ਤੇ, ਵਿਧਾਨ ਸਭਾ ਤੱਕ ਪਹੁੰਚਾ ਤੇ, ਬਸ ਕਰੋ ਯਾਰ, ਹੁਣ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ, ਹੁਣ ਸ਼ਹਿਰੀ ਕਲਸੀ ਨੂੰ ਬਣਾਓ ਤੁਸੀਂ ਆਪਣਾ MP, ਉਦੋਂ ਬਾਅਦ ਇੱਥੇ ਵਿਕਾਸ ਕਰਨਾ, ਉਹਦੇ ਵਾਸਤੇ ਮੈਂ ਕਹਿੰਦਾ 3 ਸਾਲ ਆਪਣੀ ਸਰਕਾਰ, 4 ਜੂਨ ਨੂੰ ਜਦੋਂ ਰਿਜ਼ਲਟ ਆ ਜਾਊਗਾ ਸਰਕਾਰ, ਤਾਂ ਉਦੋਂ ਬਾਅਦ